ਭਾਰਤ ਵੱਲੋਂ ਸਿੱਖ ਫਾਰ ਜਸਟਿਸ 'ਤੇ ਲਾਈ ਗਈ ਪਾਬੰਦੀ ਤੋਂ ਬਾਅਦ ਬਲੋਚਿਸਤਾਨ ਦੀ ਪਾਕਿਸਤਾਨ ਬਲੋਚ ਯੂਨਿਟੀ ਪਾਰਟੀ ਵੱਲੋਂ ਹਜ਼ਾਰਾਂ ਸਮਰਥਕਾਂ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਕਾਰਨ ਜੀਪਾਂ ਨਾਲ ਖਾਲਿਸਤਾਨ 220 ਦੇ ਹੱਕ ਵਿੱਚ ਰੈਲੀ ਕੱਢੀ ਗਈ। ਰੈਫਰੈਂਡਮ 220 ਦੇ ਪਰਮਜੀਤ ਸਿੰਘ ਪੰਮਾ ਵੱਲੋਂ ਰੈਲੀ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕੀਤਾ ਗਿਆ ਸੀ। ਪਰਮਜੀਤ ਸਿੰਘ ਪੰਮਾ ਦਾ ਕਹਿਣਾ ਸੀ ਕਿ ਸਾਰੀ ਬਲੋਚ ਕੌਮ ਭਾਰਤ ਦੇ ਖਿਲਾਫ਼ ਅਤੇ ਸਿੱਖਾਂ ਦੀ ਸਪੋਰਟ ਵਿੱਚ ਖੜੀ ਹੈ। ਭਾਰਤ ਇਸ ਨੂੰ ਲੈ ਕੇ ਕੀ ਕਾਰਵਾਈ ਕਰੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।